ਘੋੜੀਆਂ ਰੱਖਣ ਦਾ ਕੱਦ 6 ਫੁੱਟ ਪੂਰਾ ਜਰਵਾਣਾ ਗੱਭਰੂ ਨੀ ਸੋਹਣਾ ਸਾਊ ਤੇ ਸੁਨੱਖਾ ਬੜਾ ਸਿਆਣਾ ਗੱਭਰੂ ਕੱਦ 6 ਫੁੱਟ ਪੂਰਾ ਜਰਵਾਣਾ ਗੱਭਰੂ ਸੋਹਣਾ ਸਾਊ ਤੇ ਸੁਨੱਖਾ ਬੜਾ ਉਹ ਪੂਰਾ ਖੇਡਣ ਹੱਸਣ ਦਾ ਸ਼ੌਂਕ ਜਿਹੜਾ ਤੇਰਾ ਵਾਰ ਲੱਭਿਆ ਨੀ ਮੁੰਡਾ ਉਹ ਜਿਹੜਾ ਤੇਰਾ ਵਾਰ ਲੱਭਿਆ ਨੀ ਮੁੰਡਾ ਘੋੜੀਆਂ ਰੱਖਣ ਦਾ ਸ਼ੌਂਕੀ ਵਿੱਚ ਕੋਠੀ ਪਾਈ ਪਿੰਡ ਬਾਰ ਬਾਰ ਇਹ ਵੀ ਮੈਨੂੰ ਦੱਸੋ ਕਿਹੋ ਜਿਹਾ ਘਰ ਬਾਰ ਕਿੱਲੇ ਵਿੱਚ ਕੋਠੀ ਪਾਈ ਪਿੰਡ ਬਾਰ ਬਾਰ ਚੰਗੇ ਮਾਹੀ ਵਾਹਣ ਕਾਰੋਬਾਰ ਸਾਰਾ ਠੀਕ ਹੈ ਚੰਗੇ ਮਾਹੀ ਵਾਹਣ ਕਾਰੋਬਾਰ ਸਾਰਾ ਠੀਕ ਹੈ ਆਸ਼ੇ ਨਾਲ ਸੋਨਾ ਲਿਕਾ ਨਾਲੇ ਰੱਖ ਜੀਪ ਚੰਗੇ ਮਾਹੀ ਵਾਹਣ ਕਾਰੋਬਾਰ ਸਾਰਾ ਐਨੀ ਆਸ਼ੇ ਨਾਲ ਸੋਨਾ ਲਈ ਕਨਾਲੇ ਰੱਖੀ ਜੀਪ ਉਹ ਪੂਰੀ ਟੌਰ ਨਾ ਵਸਣ ਦਾ ਸ਼ੌਂਕ ਜਿਹੜਾ ਤੇਰਾ ਵਾਰ ਲੱਭਿਆ ਨੀ ਮੁੰਡਾ ਜਿਹੜਾ ਤੇਰਾ ਵਾਰ ਲੱਭਿਆ ਨੀ ਮੁੰਡਾ ਸ਼ੌਂਕੀ ਬਿਨਾ ਵੋਟ ਚੁਣੇ ਸਰਪੰਚ ਸਾਊ ਜੱਟ ਨੇ ਕਿਹੋ ਜੀ ਨਣਾਣ ਕਿਹੋ ਜਿਹੇ ਸਾਰਾ ਸੱਸ ਨੇ ਉਹ ਬਿਨਾ ਵੋਟ ਚੁਣੇ ਸਰਪੰਚ ਸਾਊ ਜੱਟ ਨੇ ਕਿਸੇ ਵੀ ਤਰੀਕੇ ਦੀ ਗੱਲ ਸਿਰੇ ਚੜਦੇ ਐਨੀ ਗੂੜੇ ਵਾਲੇ ਹੱਜ ਗੁਰਵਿੰਦਰ ਬਰਾੜਦੇ ਕਿਸੇ ਵੀ ਤਰੀਕੇ ਦੀ ਗੱਲ ਸਿਰੇ ਚੜਦੇ ਗੂੜੇ ਵਾਲੇ ਹੱਜ ਗੁਰਵਿੰਦਰ ਬਰਾੜਦੇ ਉਹ ਕਰ ਮਿਹਨਤ ਥੱਕਣ ਦਾ ਸ਼ੌਂਕ ਜਿਹੜਾ ਤੇਰਾ ਵਾਰ ਲੱਭਿਆ ਨੀ ਮੁੰਡਾ ਜਿਹੜਾ ਤੇਰਾ ਵਾਰ ਲੱਭਿਆ ਨੀ ਮੁੰਡਾ ਸ਼ੌਂਕੀ
ਦਸ ਨੇ ਉਹ ਬਿਨਾਂ ਵੋਟ ਚੁਣੇ ਸਰਪੰਚ ਸਾਹੂ ਜੱਟ ਨੇ ਇਹੋ ਜਿਹੀ ਨਣਾਣ ਕਿਹੋ ਜਿਹੀ ਸਾਰਾ ਸੱਸ ਨੇ ਅਹੀਂ ਬਿਨਾਂ ਵੋਟ ਚੁਣੇ ਸਰਪੰਚ ਸਾਹੂ ਜੱਟ ਨੇ ਕਿਸੇ ਵੀ ਤਰੀਕੇ ਦੀ ਤਾਂ ਗੱਲ ਸਿਰੇ ਚੜ੍ਹ ਦੇ ਉਹ ਬੂੜੇ ਵਾਲੇ ਹੱਜ ਗੁਰਵਿੰਦਰ ਪਰਾੜ ਦੇ ਕਿਸੇ ਵੀ ਤਰੀਕੇ ਦੀ ਤਾਂ ਗੱਲ ਸਿਰੇ ਚੜ੍ਹ ਦੇ ਸਾਰੇ ਵਾਲੇ ਹੱਜ ਗੁਰਵਿੰਦਰ ਪਰਾੜ ਦੇ ਘਰ ਮੇਰੇ ਤੇ ਥੱਕਣ ਤਾਂ ਸ਼ੰਕੀ ਘਰ ਮੇਰੇ ਤੇ ਥੱਕਣ ਤਾਂ ਸ਼ੰਕੀ ਉਹ ਜਿਹੜਾ ਤੇਰਾ ਵਾਰ ਲੱਭਿਆ ਨੀ ਮੁੰਡਾ 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 ਹਾਂਜੀ 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 ਬਹੁਤ ਮਿਹਰਬਾਨੀ ਸਰ ਥੈਂਕ ਯੂ ਵੈਰੀ ਮੱਚ ਥੈਂਕ ਯੂ ਐਸ ਆਈ ਸਾਹਿਬ ਸਰਦਾਰ ਆਤਮਾ ਸਿੰਘ ਜੀ ਗਿੱਲ ਉਹਨਾਂ ਵੱਲੋਂ ਬੜਾ ਮਾਣ ਬੜਾ ਸਤਿਕਾਰ ਭੇਜਿਆ ਗਿਆ ਸਾਡੇ ਵੀਰ ਬਾਈ ਸਰਬਾ ਜੀ ਬਾਈ ਦੀਸ਼ਾ ਜੀ ਬਾਈ ਬਿੰਦਾ ਬਰਾੜ ਜੀ ਸਾਰਿਆਂ ਵੱਲੋਂ ਬੜਾ ਮਾਣ ਬੜਾ ਸਤਿਕਾਰ ਭੇਜਿਆ ਗਿਆ ਨੀਲਾ ਬਰਾੜ ਜੀ ਕੁਲਦੀਪ ਭੁੱਲਰ ਜੀ ਉਹਨਾਂ ਵੱਲੋਂ ਬੜਾ ਮਾਣ ਬੜਾ ਸਤਿਕਾਰ ਭੇਜਿਆ ਗਿਆ ਕਾਕਾ ਜੀ ਦੇ ਭਾਣਜਾ ਜੀ ਬਾਈ ਜੀ ਹੁਣ ਨਾਂ ਤਾਂ ਦੱਸ ਕੇ ਨਹੀਂ ਗਏ ਵਿਆਹ ਵਾਲੇ ਕਾਕੇ ਬਾਈ ਗੁਰਪਾਲ ਦੇ ਭਾਣਜਾ ਜੀ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ ਉਹਨਾਂ ਨੇ ਭੇਜਿਆ ਮੈਂ ਉਹਨਾਂ ਦਾ ਵਿੱਚ ਉੱਚੇ ਤੌਰ 'ਤੇ ਧੰਨਵਾਦ ਕਰਦਾ ਹੋਰ ਦੋਸਤਾਂ ਮਿੱਤਰਾਂ ਵੱਲੋਂ ਹਾਣੀ ਭਰਾਵਾਂ ਵੱਲੋਂ ਬੜਾ ਮਾਣ ਹਾਂਜੀ ਹੈਲੋ ਮੈਂ ਸਾਰੇ ਆਪਣੇ ਇੱਕ ਮਿੰਟ ਕਾਕੇ ਹਰਜੀਤ ਯਾਰ ਫੇਰ ਕਰਾਂਗੇ ਆਹ ਫੋਟੋ ਕਰੋ ਤੇ ਮੈਂ ਸਾਰਿਆਂ ਅੱਗੇ ਬੇਨਤੀ ਕਰਦਾ ਵੀ ਸਟੇਜ ਦੇ ਅੱਗੇ ਜਿਹਨੇ ਨੱਚਣਾ ਇੱਥੇ ਨੱਚ ਲਓ ਪਰ ਸਟੇਜ ਦੇ ਉੱਤੇ ਕੋਈ ਬੰਦਾ ਨਾ ਚੜ੍ਹੇ ਵੇਖੋ ਕਿੰਨਾ ਬੰਦਾ ਕਿੰਨੇ ਬੰਦੇ ਹੁਣ ਬਾਅਦ ਦੇ ਵਿੱਚ ਆਏ ਆ ਕਿਸੇ ਨੇ ਸਾਰੇ ਬੰਦੇ ਸੁਣ ਰਹੇ ਆ ਕਿਸੇ ਨੂੰ ਕੋਈ ਸਵਾਦ ਨਹੀਂ ਆ ਰਿਹਾ ਹੈਗਾ ਅਤੇ ਗੁਰਵਿੰਦਰ ਬਰਾੜ ਜੀ ਤੁਸੀਂ ਦੁਬਾਰਾ ਫਿਰ ਜਿਵੇਂ ਪਹਿਲਾਂ ਸਟੇਜ ਸ਼ੁਰੂ ਕੀਤੀ ਸੀ ਮੈਨੂੰ ਪਤਾ ਕੋਈ ਸਵਾਦ ਨਹੀਂ ਆ ਰਿਹਾ ਜਦੋਂ ਵਿੱਚ ਬੰਦੇ ਆਣ ਕੇ ਵਿੱਚ ਵਿੱਚ ਹਰ ਇੱਕ ਬੇਨਤੀ ਕਰਦਾ ਕੋਈ ਬੰਦਾ ਸਟੇਜ 'ਤੇ ਚੜ੍ਹ ਕੇ ਨਾ ਹਾਂਜੀ ਅਤੇ ਇਹ ਨਾ ਹੋਵੇ ਅਤੇ ਬਾਈ ਤੁਸੀਂ ਉਸੇ ਤਰ੍ਹਾਂ ਜੇ ਪਹਿਲਾਂ ਪ੍ਰੋਗਰਾਮ ਸ਼ੁਰੂ ਕਰੋ ਸਾਨੂੰ ਵੀ ਹੁਣ ਵੇਖਣ ਦਾ ਹੁਣ ਮੌਕਾ ਮਿਲਿਆ ਅਤੇ ਇੱਥੇ ਕੋਈ ਆਣ ਕੇ ਕੋਈ ਜਿਹਨੇ ਨੱਚਣਾ ਥੱਲੇ ਆਣ ਕੇ ਨੱਚੇ ਅਤੇ ਮੁੜ ਕੇ ਨਾ ਕੋਈ ਆਖੇ ਜੇ ਅਸੀਂ ਕਿਸੇ ਨੂੰ ਰੋਕਿਆ ਤਾਂ ਕੋਈ ਸਟੇਜ 'ਤੇ ਨਾ ਬੰਦਾ ਚੜ੍ਹੇ ਪਲੀਜ਼ ਬੇਨਤੀ ਆ ਹਾਂਜੀ ਨਹੀਂ ਉਹ ਥੱਲੇ ਸਿੱਟੀ ਜਾਵੇ ਜੋ ਮਰਜ਼ੀ ਕਹਿੰਦੇ ਯਾਰ 10 ਰੁਪਈਏ ਸਿੱਟਣ ਦੀ ਖਾਤਰ 100 ਰੁਪਈਆ ਸਿੱਟਣ ਦੀ ਖਾਤਰ ਦੱਸਦਾ ਕੀ ਗੱਲ ਆ ਜਿਹਨੂੰ ਦੇਣੇ ਪਹਿਲਾਂ ਦਿਓਗੇ ਤੁਸੀਂ ਪਹਿਲਾਂ ਦਿਓ ਆਪਾਂ ਕੋਈ ਜਿਰਿਆ ਨਹੀਂ ਕਰਨੀ ਆਪਾਂ ਬੇਟੇ ਤੂੰ ਮੇਰਾ ਪੁੱਤਰ ਆਪਾਂ ਕੋਈ ਨਹੀਂ ਬਿਲਕੁਲ ਨਹੀਂ ਆਪਾਂ ਸੁਣਨਾ ਗੁਰਵਿੰਦਰ ਕਿੰਨਾ ਵਧੀਆ ਗਾਉਂਦਾ ਕਿੰਨਾ ਵਧੀਆ ਉਹਨੇ ਇਕੱਲੇ ਨੇ ਸੋਹਣੇ ਗੀਤ ਗਾਏ ਆ ਗੁੜੀਆ ਵਧੀਆ ਗਾਉਂਦੀ ਆ ਵਧੀਆ ਜੇ ਸੁਣਨਾ ਸੁਣਨਾ ਤੇ ਆਪਾਂ ਸੱਦਿਆ ਉਹਨਾਂ ਨੂੰ ਅਤੇ ਜੇ 5-7 ਬੰਦੇ ਉੱਠ ਕੇ ਤੇ ਸਟੇਜ 'ਤੇ ਚੜ੍ਹ ਕੇ ਗਲਤ ਕੰਮ ਕਰਨ ਚੰਗਾ ਨਹੀਂ ਲੱਗਦਾ ਬੰਦਾ ਸਰੇ ਸਾਰੇ ਸੰਗਤ ਸੁਣਦੀ ਹੈ ਕਲਾਕਾਰ ਬਹੁਤ ਚੋਟੀ ਦਾ ਇੱਕ ਨੰਬਰ ਦੋਸਤ ਇਹ ਫੱਟੀ 'ਚ ਕਲਾਕਾਰ ਨੂੰ ਕਹਿੰਦਾ ਕਲਾਕਾਰ ਨੂੰ ਇਹ ਮੇਰੀ ਫੱਟੀ 'ਚ ਗੱਡੇ ਕਿੱਲ ਵਰਗੀ ਯਾਰੀ ਹੈ ਤੁਸੀਂ ਗਾਓ ਵਿੱਚੋਂ ਇੱਕ ਸਮਾਂ ਜ਼ਰੂਰ ਦੇਣਾ ਦੋ ਨਹੀਂ ਦੋ ਜ਼ਿਆਦਾ ਨਹੀਂ ਕਹਿੰਦੇ ਸਰ ਟੂ ਟੂ ਬਾਕੀ ਤੁਸੀਂ ਆਪਣਾ ਜਾਰੀ ਰੱਖੋ ਹਰ ਗੀਤ 'ਤੇ ਆਏਗਾ 100 ਰੁਪਇਆ ਇਹ ਗੀਤ ਗਾਉਂਗੇ 1000 ਰੁਪਇਆ ਆਊਗਾ ਲੈਣਾ ਇਹਨਾਂ ਨੇ ਹੈ ਨਹੀਂ ਉਹ ਤੁਹਾਡਾ ਨਹੀਂ ਨੋ ਅੱਗੇ ਵੀ ਅਸੀਂ ਸਾਡਾ ਰਣਜੀਤ ਮਨੀ ਅਸੀਂ ਲਿਆਂਦਾ ਸੀ ਮੇਰੇ ਭਤੀਜੇ ਦਾ ਵਿਆਹ ਸੀ
ਪੈਸੇ ਸਾਰੇ ਰਣਜੀਤ ਮਰਨੇ ਅਸੀਂ ਨਹੀਂ ਦਿੱਤੇ, ਤੁਸੀਂ ਲਏ ਆ ਸਾਰੇ ਪੈਸੇ ਤੇ ਪਲੀਜ਼। ਨਹੀਂ ਨਹੀਂ ਪੈਸੇ ਪੂਸੇ ਵਾਲੀ ਕੋਈ ਗੱਲ ਨਹੀਂ ਜੀ, ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਪਹਿਲਾਂ ਹੀ। ਹੋ ਜਾਤੀ ਨਵੀਂ ਕੰਬਾਈਨ ਲਿਆਂਦੀ ਵੇ ਤੇਰੀ ਬਣ ਗਈ ਜੱਟਾ ਚਾਂਦੀ, ਭਾਵੇਂ ਜੀਪ ਹੋਵੇ ਜਾਂ ਫੋਰਡ ਨਾ ਭੋਰਾ ਡਰਦਾ ਏ ਟੋਲਾ, ਜਾਂ ਮੈਂ ਨਹੀਂ ਬੋਲਣਾ ਪੀ ਕੇ ਡਰਾਈਵਿੰਗ ਕਰਦਾ ਏ ਟੋਲਾ, ਜਾਂ ਮੈਂ ਨਹੀਂ ਬੋਲਣਾ ਪੀ ਕੇ ਡਰਾਈਵਿੰਗ ਕਰਦਾ ਏ ਟੋਲਾ, ਜਾਂ ਮੈਂ ਨਹੀਂ ਬੋਲਣਾ ਪੀ ਕੇ ਡਰਾਈਵਿੰਗ ਕਰਦਾ ਏ ਟੋਲਾ। ਆਏ ਸੁਖ ਸੀ ਬਾਬੇ ਦੀ ਲਾ ਕੇ ਨੀ ਉਹਨਾਂ ਕਰੜੇ ਜੇ ਧੋਪਾ ਤੇ, ਉਹ ਤਾਂ ਦੂਰੀ ਕੱਢੀ ਹੋਣੀ ਇੰਨਾ ਜਾਦੂ ਜੋ ਕਰ ਗਈ, ਮੈਂ ਤਾਂ ਥੋੜੀ ਜੀ ਸੀ ਪੀਤੀ ਨੀ ਵੱਜ ਕੇ ਹਵਾ ਨਾਲ ਚੜ ਗਈ, ਮੈਂ ਤਾਂ ਦੋ ਹੀ ਪੈਗ ਸੀ ਲਾਏ ਨੀ ਵੱਜ ਕੇ ਹਵਾ ਨਾਲ ਚੜ ਗਈ, ਥੋੜੀ ਜੀ ਸੀ ਪੀਤੀ ਨੀ ਵੱਜ ਕੇ ਚੜ ਗਈ। ਮੈਂ ਵੇਖ ਲਿਆ ਸੀ ਦੂਰੋਂ ਆਠੇ ਪਾਉਂਦੇ ਆਉਂਦੇ ਨੂੰ, ਲਾ ਗੁੱਡ ਮਾਰਨਿੰਗ ਡੈਕ ਚ ਨਾਲ ਹੀ ਗਾਉਂਦੇ ਆਉਂਦੇ ਨੂੰ, ਨਿਤ ਪੀਣ ਦੀ ਖਾਤਰ ਨਵੇਂ ਬਹਾਨੇ ਕਰਦਾ ਏ ਟੋਲਾ, ਜਾਂ ਮੈਂ ਨੀ ਬੋਲਣਾ ਪੀ ਕੇ ਡਰਾਈਵਿੰਗ, ਜਾਂ ਮੈਂ ਨੀ ਬੋਲਣਾ ਪੀ ਕੇ ਡਰਾਈਵਿੰਗ। ਹੋ ਕੀ ਪਤਾ ਪੀਤੀ ਦਾ ਲੱਗ ਜੇ ਪੂਰੇ ਥੰਮ ਨੇ ਦਾਰੂ ਦੇ, ਨੀ ਪਿੰਡ ਮਹਾਬੱਦਰ ਵਿੱਚ ਕਈ ਤਾਂ ਯਾਰ ਡਰੰਮ ਨੇ ਦਾਰੂ ਦੇ, ਹੋ ਕੀ ਪਤਾ ਪੀਤੀ ਦਾ ਲੱਗ ਜੇ ਪੂਰੇ ਥੰਮ ਨੇ ਦਾਰੂ ਦੇ, ਪਿੰਡ ਮਹਾਬੱਦਰ ਵਿੱਚ ਕਈ ਤਾਂ ਯਾਰ ਡਰੰਮ ਨੇ ਦਾਰੂ ਦੇ। ਪਰ ਬੰਦਾ ਕਿੰਨੀ ਲੁਕਾ ਲੇ ਕਿੰਨੀਆਂ ਲੈਚੀਆਂ ਖਾ ਲੇ ਘਰੇ ਪਤਾ ਲੱਗ ਹੀ ਜਾਂਦਾ ਪੈਗ ਤਾਂ ਲੱਗੇ ਹੈ। ਕੀ ਪਤਾ ਪੀਤੀ ਦਾ ਲੱਗ ਜੇ ਪੂਰੇ ਥੰਮ ਨੇ ਦਾਰੂ ਦੇ, ਪਿੰਡ ਵੱਲ ਟੋਹੇ ਵਿੱਚ ਕਈ ਤਾਂ ਯਾਰ ਡਰੰਮ ਨੇ ਦਾਰੂ ਦੇ, ਭਾਵੇਂ ਦੋ ਤਿੰਨ ਦਿਨ ਪੀ ਜਾਣ ਉਵੇਂ ਹੀ ਬੈਠੇ ਰਹਿੰਦੇ ਕਈ ਬੰਦੇ, ਤੇ ਕਈ ਮੇਰੇ ਵਰਗੇ ਵਿਚਾਰਿਆਂ ਨੂੰ ਸੁੰਘ ਕੇ ਚੜ ਜਾਂਦੀ ਹੈ। ਮੈਂ ਮੰਨ ਗਿਆ ਤੈਨੂੰ ਗੁਰਵਿੰਦਰ ਦੀ ਪੀਤੀ ਜੋ ਫੜ ਗਈ, ਨੀ ਮੈਂ ਤਾਂ ਦੋ ਹੀ ਪੈਗ ਸੀ ਲਾਏ ਨੀ ਵੱਜ ਕੇ ਹਵਾ ਨਾਲ ਚੜ ਗਈ, ਥੋੜੀ ਜੀ ਸੀ ਪੀਤੀ ਨੀ ਵੱਜ ਕੇ ਹਵਾ ਨਾਲ ਚੜ ਗਈ, ਥੋੜੀ ਜੀ ਸੀ ਪੀਤੀ ਨੀ ਵੱਜ ਕੇ ਹਵਾ ਨਾਲ ਚੜ ਗਈ।
ਇੱਕ ਬਾਗ ਲਵਾਇਆ ਨੀ ਚੁਬਾਰਾ ਵਿੱਚ ਪਾਇਆ ਅਜੇ ਮਹੀਨਾ ਪਹਿਲਾਂ ਅਰਜੁਨ ਨਵਾਂ ਹੈ ਕਢਾਇਆ ਇੱਕ ਬਾਗ ਲਵਾਇਆ ਨੀ ਚੁਬਾਰਾ ਵਿੱਚ ਪਾਇਆ ਅਜੇ ਮਹੀਨਾ ਪਹਿਲਾਂ ਅਰਜੁਨ ਕੋਠੀਆਂ ਵਾਲੇ ਖੇਤ ਜਿੱਥੇ ਤੇਰਾ ਨੀ ਇੱਕ ਸ਼ੌਂਕ ਤੇਰਾ ਲੱਗ ਗਿਆ ਝੱਟ ਪਹਿਲਾਂ ਹੀ ਸ਼ੌਕੀਨ ਸੀ ਬਥੇਰਾ ਨੀ ਝੱਟ ਪਹਿਲਾਂ ਹੀ ਸ਼ੌਕੀਨ ਸੀ ਬਥੇਰਾ ਨੀ ਇੱਕ ਸ਼ੌਂਕ ਤੇਰਾ ਲੱਗ ਗਿਆ ਲਿਆਂਦੇ ਬਲਦ ਨਗੌਰੀ ਨਾਲੇ ਘੋੜੀਆਂ ਦਾ ਸ਼ੌਂਕ ਹੈ ਦੀਵਾਲੀਆਂ ਵਿਸਾਖੀਆਂ ਤੇ ਲੋਹੜੀਆਂ ਦਾ ਸ਼ੌਂਕ ਉਹ ਵਿੱਚ ਭੰਗੜੇ ਨੰਬਰ 1 ਮੇਰਾ ਨੀ ਇੱਕ ਸ਼ੌਂਕ ਤੇਰਾ ਲੱਗ ਗਿਆ ਸੋਹਣੇ ਗੁੰਦਵੇਂ ਸਰੀਰਾਂ ਖਿਡਾਰੀ ਕੌਡੀ ਦੇ ਸੁਬਾ ਜਿਮ ਵਿੱਚ ਜਾਈਏ ਨੀ ਸ਼ੌਕੀਨ ਬਾਡੀ ਦੇ ਉਹ ਲਾਈਏ ਸ਼ੌਂਕ ਨਾ ਬੁਲਟ ਉੱਤੇ ਗੇੜਾ ਨੀ ਇੱਕ ਸ਼ੌਂਕ ਤੇਰਾ ਲੱਗ ਗਿਆ ਝੱਟ ਪਹਿਲਾਂ ਹੀ ਸ਼ੌਕੀਨ ਸੀ ਬਥੇਰਾ ਨੀ ਇੱਕ ਸ਼ੌਂਕ ਤੇਰਾ ਲੱਗ ਗਿਆ ਗੱਲਾਂ ਦੀਵਾਨਾ ਜਿਸ ਬਾਤ ਨਾ ਜਾਣਾ ਜੱਟ ਪਹਿਲਾਂ ਹੀ ਸ਼ੌਕੀਨ ਸੀ ਬਥੇਰਾ ਨੀ ਇੱਕ ਸ਼ੌਂਕ ਤੇਰਾ ਲੱਗ ਗਿਆ ਕੀ ਸ਼ੌਂਕ ਉਹਦੇ ਕਦੇ ਵੀ ਸ਼ੌਂਕ ਹੈ ਹੋ ਲਾਉਣੇ ਪਿੰਡ ਮਹਾ ਬੱਦਰ ਦੀ ਫਿਰਨੀ ਤੇ ਰੁੱਖ ਨੀ ਉੱਤੋਂ ਵਿਆਹ ਲਿਆਉਣਾ ਤੈਨੂੰ ਸਾਰੇ ਟੁੱਟ ਜਾਣੇ ਦੁੱਖ ਹੋ ਖਿੜ ਜਾਣਾ ਗੁਰਵਿੰਦਰ ਦਾ ਖੇੜਾ ਨੀ ਇੱਕ ਸ਼ੌਂਕ ਤੇਰਾ ਲੱਗ ਗਿਆ ਝੱਟ ਪਹਿਲਾਂ ਹੀ ਸ਼ੌਕੀਨ ਸੀ ਬਥੇਰਾ ਨੀ ਇੱਕ ਸ਼ੌਂਕ ਤੇਰਾ ਲੱਗ ਗਿਆ ਝੱਟ ਪਹਿਲਾਂ ਹੀ ਸ਼ੌਕੀਨ ਸੀ ਝੱਟ ਪਹਿਲਾਂ ਹੀ ਸ਼ੌਕੀਨ ਸੀ ਬਥੇਰਾ ਨੀ ਇੱਕ ਸ਼ੌਂਕ ਤੇਰਾ ਲੱਗ ਗਿਆ ਨੀ ਇੱਕ ਸ਼ੌਂਕ ਤੇਰਾ ਲੱਗ ਗਿਆ ਨੀ ਇੱਕ ਸ਼ੌਂਕ ਤੇਰਾ ਲੱਗ ਗਿਆ ਜੀ ਸਰ ਲਓ ਜੀ ਫਰਮਾਇਸ਼ ਹੈ ਸਾਡੇ ਸਰ ਨੇ ਸਾਡੇ ਪਿਤਾ ਸਮਾਨ ਨੇ ਮੰਗਲ ਸਿੰਘ ਜੀ ਹੋਰਾਂ ਦੀ
ਇੱਕ ਦੁਗਾਣਾ ਲਾ ਕੇ ਫਿਰ ਇਜਾਜ਼ਤ ਲਵਾਂਗੇ, ਬੋਲੀਆਂ ਪਾਵਾਂਗੇ, ਔਰ ਉਹ ਦੁਗਾਣਾ ਹੈ ਵੱਧ ਵੀ ਲਾਵਾਂਗੇ ਇਹਦੇ ਮੁੰਡੇ ਦੀ ਛੱਟੀ ਵੇਲੇ ਲਾਵਾਂਗੇ ਫਿਰ, ਕੋਈ ਨਾ ਬਿਲ ਮੈਂ ਇੱਥੇ ਹਾਂ, ਉਹਨਾਂ ਦਾ ਕੋਈ ਘਰੇਲੂ ਫੰਕਸ਼ਨ ਆ ਲੁਧਿਆਣੇ ਨੂੰ ਪਹੁੰਚਣਾ ਸੀ ਲਾ ਕੇ ਮੈਂ ਤੁਹਾਡੇ ਕੋਲ। ਨੱਚਦੀ ਟੱਪਦੀ ਆਊ ਸਾਡੀ ਜਨ ਕਿਹੜਾ, ਇਹ ਰਿਪੀਟ ਕਰਨਾ, ਇਹ ਤਾਂ ਸੋਲੋ ਆ ਫਿਰ, ਜੱਟ ਪਹਿਲਾਂ ਹੀ ਸ਼ੌਕੀਨ ਸੀ ਬਥੇਰਾ। ਠੀਕ ਹੈ, ਸੋ ਭਾਈ ਸਭ ਤੋਂ ਪਹਿਲੀ ਫਰਮਾਇਸ਼ ਤਾਂ ਲਾੜਾ ਸਾਹਿਬ ਦੀ, ਕਿਉਂਕਿ ਅੱਜ ਇਹ ਸਾਡੇ ਲਈ ਸਾਰਿਆਂ ਤੋਂ ਉੱਪਰ ਨੇ। ਸੇਮ ਇੱਕ ਬਾਗ ਲਵਾਇਆ ਨੀ ਚੁਬਾਰਾ ਵਿੱਚ ਪਾਇਆ, ਅਜੇ ਮਹੀਨਾ ਪਹਿਲਾਂ ਯਾਰ ਜਿਨੂੰ ਨਵਾਂ ਹੈ ਕਟਾਇਆ। ਇੱਕ ਬਾਗ ਲਵਾਇਆ ਨੀ ਅਜੇ ਮਹੀਨਾ ਪਹਿਲਾਂ ਯਾਰ ਜਿਨੂੰ ਕੋਠੀ ਆਈ ਵਾਲੇ ਖੇਤ ਜਿੱਥੇ ਡੇਰਾ ਨੀ ਇੱਕ ਸ਼ੌਂਕ ਤੇਰਾ ਲੱਗ ਗਿਆ। ਜੱਟ ਪਹਿਲਾਂ ਹੀ ਸ਼ੌਕੀਨ ਸੀ ਬਥੇਰਾ ਨੀ ਇੱਕ ਸ਼ੌਂਕ ਤੇਰਾ ਲੱਗ ਗਿਆ। ਲਾਉਣੇ ਪਿੰਡ ਮਹਾਂ ਪੱਧਰ ਦੀ ਫਿਰ ਨੀ ਤੇ ਰੁੱਖ, ਉੱਥੋਂ ਵਿਆਹ ਲਿਆਉਣਾ ਤੈਨੂੰ ਸਾਰੇ ਟੁੱਟ ਜਾਣੇ ਦੁੱਖ। ਲਾਉਣੇ ਪਿੰਡ ਮਹਾਂ ਪੱਧਰ ਦੀ ਫਿਰ ਨੀ ਤੇ ਰੁੱਖ, ਖੇੜੇ ਜਾਣਾ ਗੁਰਵਿੰਦਰ ਦਾ ਖੇੜਾ ਨੀ ਇੱਕ ਸ਼ੌਂਕ ਤੇਰਾ ਲੱਗ ਗਿਆ। ਜੱਟ ਪਹਿਲਾਂ ਹੀ ਸ਼ੌਕੀਨ ਸੀ ਬਥੇਰਾ ਨੀ ਇੱਕ ਸ਼ੌਂਕ ਤੇਰਾ ਲੱਗ ਗਿਆ। ਜੱਟ ਪਹਿਲਾਂ ਹੀ ਸ਼ੌਕੀਨ ਸੀ ਬਥੇਰਾ ਨੀ ਇੱਕ ਸ਼ੌਂਕ ਤੇਰਾ ਲੱਗ ਗਿਆ। ਅੰਕਲ ਜੀ ਨਾਲ ਰਲ ਕੇ ਬੋਲੀਆਂ ਪਾਵਾਂਗੇ, ਦੁਕਾਨਾ ਇੱਕ ਅੱਧਾ ਕਲਾ। ਹਾਂਜੀ ਹਾਂਜੀ, ਸੋ ਅੰਕਲ ਜੀ ਹੋਰਾਂ ਵੱਲੋਂ ਅਸ ਆਪਾਂ ਬੋਲੀਆਂ ਪਾਉਣੀਆਂ ਜੀ ਇਕੱਠਿਆਂ ਨੇ, ਤੁਸੀਂ ਕੋਲੇ ਰਹੋ। ਹਾਂਜੀ ਹਾਂਜੀ, ਦੋ ਗੀਤ ਲਾਏ ਸੀ, ਨੱਤੀਆਂ ਲਾਇਆ ਸੀ, ਹੈ ਬੜੀ ਮਿਹਰਬਾਨੀ ਸਾਡੇ ਵੀਰ ਬਾਈ ਬਲਵਿੰਦਰ ਸਿੰਘ ਜੀ ਲਾਡੀ ਸੰਧੂ ਸਾਹਿਬ ਸੋਨਾ ਵੱਲੋਂ ਬੜਾ ਮਾਣ ਬੜਾ ਸਤਿਕਾਰ ਭੇਜਿਆ ਗਿਆ ਲਾਡੀ ਸੰਧੂ ਜੀ ਹੋਰਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕਰਦਾ। ਸਰਦਾਰ ਗੁਰਪ੍ਰਦੀਪ ਸਿੰਘ ਜੀ ਦੇ ਨਾਨਾ ਜੀ ਵੱਲੋਂ ਬਹੁਤ ਸਾਰਾ ਮਾਨ ਬਹੁਤ ਸਾਰਾ ਸਤਿਕਾਰ ਭੇਜਿਆ ਗਿਆ। ਸਰਦਾਰ ਸੁਖਦੇਵ ਸਿੰਘ ਜੀ ਚੇਅਰਮੈਨ ਸਾਹਿਬ ਮੱਲਾਂ ਵਾਲਾ, ਉਹਨਾਂ ਵੱਲੋਂ ਬੜਾ ਮਾਨ ਬੜਾ ਸਤਿਕਾਰ ਭੇਜਿਆ ਗਿਆ, ਤੇ ਦਿਲੋਂ ਧੰਨਵਾਦ ਕਰਦਾ, ਬੜੀ ਮਿਹਰਬਾਨੀ। ਬੋਲੀ ਪਹਿਲਾਂ ਹਜੇ ਕੁਛ ਪ੍ਰੋਗਰਾਮ ਇੱਦਾਂ ਦੀ ਯਾਦਗਾਰੀ ਬਣ ਜਾਂਦੇ ਨੇ, ਕਿਉਂਕਿ ਹਰ ਰੋਜ਼ ਇਹ ਕੰਮ ਹੀ ਕਰਦੇ ਹਾਂ, ਕਈ ਥਾਵਾਂ 'ਤੇ ਬਹੁਤ ਖਰਾਬ ਕਰਨ ਵਾਲੇ ਵੀ ਟੱਕਰ ਜਾਂਦੇ। ਚਲੋ ਸਾਡਾ ਕੰਮ ਹੀ ਇਹੋ ਜਿਹਾ ਭਾਈ, ਕੀ ਕੀਤਾ ਜਾਵੇ। ਪਰ ਬਹੁਤ ਸਾਰਾ ਤੁਸੀਂ ਬਹੁਤ ਪਿਆਰ ਦਿੱਤਾ, ਮੈਂ ਇਹਦੇ ਲਈ ਇੱਕ ਵਾਰੀ ਆਪਣੇ ਨਾਂ 'ਤੇ ਜ਼ਰੂਰ ਤਾੜੀ ਮਾਰਦੇ ਖੁੱਲ੍ਹ ਕੇ, ਬੜੀ ਮਿਹਰਬਾਨੀ।
ਸੋ ਇਹਨਾਂ ਦੇ ਹੁਕਮ ਅਨੁਸਾਰ ਹੁਣ ਪਹਿਲਾਂ ਇਹਨਾਂ ਨੂੰ ਸੁਣ ਲਈ, ਠੀਕ ਹੈ ਜੀ? ਹਾਂਜੀ ਹਾਂ, ਅਸੀਂ ਤਾਂ ਗਾਣਾ ਗਾਵਾਂਗੇ ਮੈਂ ਤਾਂ। ਹਾਂਜੀ ਚਲੋ, ਸਾਰਿਆਂ ਦੀ ਫਰਮਾਇਸ਼, ਮੈਂ ਕਿਹੜਾ ਕਿ ਗਾਉਣ ਵਾਲਾ। ਚਲੋ ਮੇਰਾ ਛੋਟਾ ਵੀਰ ਗੁਰਵਿੰਦਰ ਵਾੜਾ, ਬੜੀ ਖੁਸ਼ੀ ਵੇਖ ਕੇ ਅਤੇ ਬੜੀਆਂ ਗੱਲਾਂ ਬਾਤਾਂ ਇਹ ਨਹੀਂ ਵੀ ਅੱਜ ਇਸ ਤੋਂ ਬਾਅਦ ਇਹਨਾਂ ਨਾਲ ਬਹੁਤ ਜ਼ਿਆਦਾ ਮੈਂ ਚਾਹੁੰਦਾ ਵੀ ਯਾਰੀ ਦੋਸਤੀ ਕਰਾਂਗੇ, ਨਿਭਾਵਾਂਗੇ ਸਾਰਾ ਕੁਛ। ਚਲੋ ਦੋ ਚਾਰ ਲੈਣਾ ਮੇਰੇ ਦੋਸਤ ਆ ਅਤੇ ਕਹਿੰਦੇ ਵੀ ਸੁਣਨੀਆਂ, ਮੈਂ ਚਲੋ ਸੁਣਾ ਦੇਣਾ ਹਾਂਜੀ 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 ਨਹੀਂ ਉਹ ਪਤਾ ਕੀ, ਚਲੋ ਮੈਂ ਬਾਅਦ 'ਚ ਆਪਾਂ ਆਪਦੀਆਂ ਮਹਿਫਲਾਂ ਲਾਉਣੀਆਂ ਲਾਉਣੀਆਂ ਚਲੋ ਕਰਦੀਆਂ ਕਰਦੀਆਂ ਆਪਾਂ ਸੁਣਾਉਂਦੇ ਤੁਹਾਨੂੰ। ਹਾਂਜੀ ਲਵੋ ਦੋ ਚਾਰ ਸੁਣਾਉਣਾ।